ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਦੀ ਪਰਮਾਰਾ ਹਾ ਤੇ ਹਾਂ ਅੱਜ ਦੀਆਂ ਦੋ ਵੱਡੀਆਂ ਖਬਰਾਂ ਲੈ ਕੇ ਜੋ ਦੋਨੋਂ ਪੰਜਾਬ ਦੇ ਨਾਮੀ ਗ੍ਰਾਮੀ ਗੈਂਗਸਟਰਾਂ ਨਾਲ ਜੁੜੀਆਂ ਹੋਈਆਂ ਨੇ ਪਹਿਲੀ ਖਬਰ ਹੈ ਲੰਡਾ ਹਰੀਕੇ ਲਖਬੀਰ ਸਿੰਘ ਸੰਦੂ ਲੰਡਾ ਹਰੀਕੇ ਦੇ ਨਾਮ ਨਾਲ ਮਸ਼ਹੂਰ ਅੰਮ੍ਰਿਤਸਰ ਜਿਹੜੇ ਦਾ ਰਹਿਣ ਵਾਲਾ ਅੱਜ ਕੱਲ੍ਹ ਸ਼ਾਇਦ ਕੈਨੇਡਾ 'ਚ ਰਹਿ ਰਿਹਾ ਉਦੇ ਦੋ ਗੈਂਗਸਟਰ ਇੱਕ ਬੜੇ ਲੰਬੇ ਪੁਲਿਸ ਮੁਕਾਬਲੇ ਤੋਂ ਬਾਅਦ ਜਲੰਧਰ ਦੇ ਨੇੜੇ ਫੜੇ ਗਏ ਜਲੰਧਰ ਕਮਿਸ਼ਨਰ ਰੇਟ ਨੇ ਇੱਕ ਵੱਡੀ ਕਾਰਵਾਈ ਕਰਦੇ ਆਜ ਇੱਕ ਮਿਲ ਇਨਫਰਮੇਸ਼ਨ ਤੇ ਕੰਮ ਕਰਦੇ ਹੋਏ ਦੋ ਲੰਡਾ ਹਰੀਕੇ ਦੇ ਖਾਸ ਗੁਰਗੇ ਜਿਹੜੇ ਸੱਤ ਹਥਿਆਰਾਂ ਨਾਲ ਕਿਤੇ ਜਾ ਰਹੇ ਸੀ ਪੁਲਿਸ ਨੂੰ ਖਬਰ ਸੀ ਕਿਤੇ ਉਹ ਹਥਿਆਰ ਦੇਣ ਚੱਲੇ ਹੋਣੇ ਆ ਨਹੀਂ ਤਾਂ ਦੋ ਬੰਦਿਆਂ ਕੋਲੋਂ ਸੱਤ ਹਥਿਆਰ ਔਰ ਵੱਡੀ ਮਾਤਰਾ ਤੇ ਕੋਲਾ ਬਾਰੂਦ ਮਿਲਣਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਇਹਦਾ ਮਤਲਬ ਜਾਂ ਤਾਂ ਕਿਤੋਂ ਹਥਿਆਰ ਲੈ ਕੇ ਆ ਰਹੇ ਸੀ ਜਾਂ ਕਿਤੇ ਨੂੰ ਅੱਗੇ ਹਥਿਆਰ ਦੇਣ ਜਾ ਰਹੇ ਸੀ ਆਪਣੇ ਗੈਂਗ ਮੈਂਬਰਾਂ ਨੂੰ ਜਾਂ ਕਿਤੇ ਲੁਕਾਉਣ ਜਾ ਰਹੇ ਸੀ ਇਸ ਗੱਲ ਦਾ ਖੁਲਾਸਾ ਅਜੇ ਪੁਲਿਸ ਨੇ ਕੀਤਾ ਨਹੀਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਦੋ ਬੰਦੇ ਇਸ ਇਲਾਕੇ ਤੇ ਆ ਰਹੇ ਉਸ ਲਾਕੇ ਨੂੰ ਕਿਰਾ ਪਾਇਆ ਗਿਆ ਆ ਰੋ ਲਾਕਾ ਸੀਗਾ ਜ਼ਲੰਦਰ ਦੇ ਨੇੜੇ ਪਿੰਡ ਪਲੋਰੀਵਾਲ ਉਹਦੇ ਬਾਰ ਬਾਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਗੰਨਿਆਂ ਦਾ ਕਮਾਤ ਦਾ ਖੇਤ ਸੀ ਹੋਰ ਵੀ ਫਸਲਾਂ ਲੱਗੀਆਂ ਹੋਈਆਂ ਸੀ ਰੂਰਲ ਇਲਾਕਾ ਤੇ ਪਿੰਡ ਵਾਲਾਕਾ ਉਥੇ ਬੰਦੇ ਪੁਲਿਸ ਤੇ ਗੋਲੀਆਂ ਚਲਾਉਂਦੇ ਉਹ ਅਰੇ ਵਾਈਚ ਵੜ ਜਾਂਦੇ ਹੁਣ ਅੰਦਰ ਲੱਭਣਾ ਬੜਾ ਔਖਾ ਦਿਖਾਈ ਕੋਈ ਕੁਝ ਨਹੀਂ ਤੇ ਪੁਲਿਸ ਵਾਲੇ ਲੇਕਨ ਪੂਰੀ ਤਿਆਰੀ ਨਾਲ ਗਏ ਸੀ ਇਹਨਾਂ ਦੇ ਪੁਲਿਸ ਤੇ ਆਪਣੇ ਸ਼ਾਰਪ ਸ਼ੂਟਰ ਜਿਹੜੇ ਆ ਸੀਆਈਏ ਸਟਾਫ ਤੇ ਤੇ ਦੂਸਰੇ ਜਵਾਨ ਆਪਣੇ ਹਥਿਆਰਾਂ ਨਾਲ ਲੈ ਤੌਰ ਹੱਥਾ ਰਵਾਲਵਰ ਪਿਸਟਰ ਲੈ ਕੇ ਆਟੋਮੈਟਿਕ ਗੰਦ ਵੀ ਚੀਗੀਆਂ ਬੁਲਟ ਪ੍ਰੂਫ ਜੈਕਟਾਂ ਇਹ ਸਾਰਾ ਕੁਝ ਤੁਸੀਂ ਇਹ ਖਬਰ ਦੇ ਨਾਲ ਨਾਲ ਚੱਲਦੀਆਂ ਛੋਟੀ ਛੋਟੀਆਂ ਵੀਡੀਓ ਜਿਹੜੀਆਂ ਸਾਡੇ ਸੋਰਸਸ ਨੇ ਮੌਕੇ ਵਰਤਾ ਤੋ ਭੇਜੀਆਂ ਉਹ ਤੁਹਾਡੇ ਨਾਲ ਸਾਝੀਆਂ ਵੀ ਕਰ ਰਹੇ ਆ ਉਸ ਤੋਂ ਬਾਅਦ ਗੋਲਾਬਾਰੀ ਸ਼ੁਰੂ ਹੁੰਦੀ ਆ ਪੁਲਿਸ ਦਾ ਕਹਿਣਾ ਹੈ ਕਿ ਦੋਨਾਂ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਦੋ ਪੁਲਿਸ ਕਰਮੀ ਜ਼ਖਮੀ ਹੋਏ ਇੱਕ ਦੇ ਬਾਜ ਗੋਲੀ ਲੱਗੀ ਐ ਤੇ ਦੂਜੇ ਦੇ ਇੱਕ ਦੇ ਹੋਰ ਗੋਲੀ ਲੱਗੀ ਉਹ ਵੀ ਤੁਸੀਂ ਦੇਖ ਰਹੇ ਹੋਗੇ ਸਟ੍ਰੈਚਰ ਤੇ ਪਾ ਕੇ ਉਹਨਾਂ ਨੂੰ ਪੁਲਿਸ ਵਾਲੇ ਲੈ ਕੇ ਜਾ ਰਹੇ ਲੇਕਿਨ ਪੁਲਿਸ ਕਰਮੀਆਂ ਨੇ ਹੌਸਲਾ ਨਹੀਂ ਹਾਰਿਆ ਉਹਨਾਂ ਨੇ ਮੁਕਾਬਲਾ ਕੀਤਾ ਅੱਗੇ ਉਹ ਗੈਕਟਰ ਗੋਲੀਆਂ ਚਲਾਉਂਦੇ ਰਿਹਾ तकरीबन 50 ਦੇ ਕਰੀਬ ਗੋਲੀਆਂ ਚੱਲੀਆਂ ਦੋਨੇ ਪਾਸਿਓਂ ਔਰ ਉਹਨਾਂ ਨੂੰ ਜਿਹੜੇ ਮਲਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ 7 ਹਥਿਆਰ ਬਰਾਮਦ ਕੀਤੇ ਗਏ ਔਰ 6 ਮੈਗਜ਼ੀਨ ਤੇ ਮੈਗਜ਼ੀਨਾਂ ਨਾਲ ਭਰੇ ਹੋਏ ਜਿਹੜੇ ਕਾਰਤੂਸ ਸੀਗੇ ਉਹ ਫੜੇ ਗਏ ਤੇ ਹੋਰ ਵੀ ਕਾਰਤੂਸ ਨਾਤੋ ਲਾਬਾ ਫੜੇ ਗਏ ਦੋਨਾਂ ਨੂੰ ਇੰਜਰਡ ਵੀ ਹੋਏ ਨੇ ਲੇਕਿਨ ਮਰਿਆ ਕੋਈ ਨਹੀਂ ਇਹ ਚੰਗੀ ਗੱਲ ਆ ਪੁਲਿਸ ਵਾਲਿਆਂ ਦੀ ਜਾਨ ਵੀ ਬਚੀ ਤੇ ਗੈਕਟਰਾ ਦੀ ਵੀ ਬਚੀ ਹੁਣ ਇਹਨਾਂ ਤੋਂ ਜਿਉਂ ਦੇ ਫੜੇ ਜਾਣਾ ਬਹੁਤ ਚੰਗੀ ਗੱਲ ਹੁੰਦੀ ਔਰ ਇੰਨੀ ਵੱਡੀ ਮਾਤਰਾ ਚ ਹਥਿਆਰ ਉਹਨਾਂ ਤੋਂ ਮਿਲੇ ਸਵਸਤੀ ਕੇਟੜ ਵਾਪਨ ਇਹ ਹੁਣ ਪੁਲਿਸ ਕੁਣਾ ਤੋਂ ਪੁੱਛ ਕੇ ਪਤਾ ਕਰੇਗੀ ਕਿ ਉਹਨਾਂ ਨੂੰ ਹਥਿਆਰ ਕਿੱਥੋਂ ਆਏ ਕਿਵੇਂ ਮਿਲੇ ਕਿਹਨੇ ਦਿੱਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਣ ਦੀ ਆਸ ਲੱਗਦੀ ਆ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇੱਕ ਆਪਣਾ ਬਿਆਨ ਵੀ ਦਿੱਤਾ ਉਹਨਾਂ ਨੇ ਇਹ ਆਪਣੀ ਪੂਰੀ ਟੀਮ ਨੂੰ ਜਲੰਧਰ ਦੀ ਟੀਮ ਨੂੰ ਬਹੁਤ ਸ਼ਾਬਾਸ਼ੀ ਦਿੱਤੀ ਹੈ ਬਣਦੀ ਵੀ ਹੈ ਦੇਣੀ ਔਰ ਇਹ ਤੋਂ ਆਪਰੇਸ਼ਨ ਦੀ ਕਾਜਯਾਬੀ ਲਈ ਸਾਰਿਆਂ ਨੂੰ ਵਧਾਈ ਵੀ ਦਿੱਤੀ ਗਈ। ਫੜੇ ਗਏ ਜਿਹੜੇ ਆਦਮੀਆਂ ਉਹਨਾਂ ਦੀ ਪਛਾਣ ਜਸਕਰਨ ਉਰਫ ਕਰਨ ਉਰਫ ਕਰਨ ਬਾਤਸੀ ਪੀਖਾ ਨਗਰ ਕਰਤਾਰਪੁਰ ਇਲਾਕੇ ਦਾ ਜਿਲਦਰ ਦੇ ਨੇੜੇ ਕਰਤਾਰਪੁਰ ਉਹਦੇ ਨੇੜੇ ਪੀਖਾ ਨਗਰ ਪੈਂਦਾ ਤੇ ਫਗਵਾੜਾ ਦੇ ਮੇਰੀ ਗੇਟ ਸਟੇਟ ਮਹੱਲਾ ਠਾਣੇਦਾਰਾਂ ਦੇ ਰਹਿਣ ਵਾਲੇ ਫਤੇ ਦੀਪ ਸਿੰਘ ਉਰਫ ਪ੍ਰਦੀਪ ਸੈਣੀ ਇਹ ਦੋ ਬੰਦੇ ਪੜੇ ਗਏ ਆ ਮਤਲਬ ਜਸਕਰਨ ਔਰ ਪ੍ਰਦੀਪ ਸੈਣੀ ਇਹ ਇਹਨਾਂ ਦੇ ਅਸਲੀ ਨਾ ਲੱਗਦੇ ਆ ਬਾਕੀ ਫਤੇ ਦੀਪ ਸਿੰਘ ਵੀ ਹੋ ਸਕਦਾ ਕਈ ਕੀ ਨਾਮ ਰੱਖ ਲੈਂਦੇ ਨੇ ਆਪਣੀਆਂ ਅਡਰਾਈਡੀ ਵੀ ਬਣਾ ਕੇ ਰੱਖਦੇ ਆ ਅੱਜ ਕੱਲ੍ਹ ਗੈਸਟਰ ਜਦੋਂ ਕਿਤੇ ਹੋਟਲਾਂ 'ਤੇ ਰੋਕੜਾ ਹੁੰਦਾ ਜਾਂ ਗੈਸਟ ਹਾਊਸ 'ਤੇ ਰੋਕਣਾ ਉਹ ਤੇ ਕੋ ਹੋਰ ਆਈਡੀ ਤਾਂ ਖਾ ਦਿੰਦੇ ਆ ਕਿਤੇ ਵੈਸੇ ਨਾਕਾ ਮੰਦਿਰ ਪੜੇ ਗਈ ਤਾਂ ਕੋ ਹੋਰ ਆਈਡੀ ਤਾਂ ਖਾ ਦਿੰਦੇ ਆ ਤੋਂ ਕਈ ਕਿਸਮ ਦੀ ਆਈਡੀਆਂ ਰੱਖੀਆਂ ਹੁੰਦੀਆਂ ਅਸਲ ਨਾਅਜ਼ ਹੈ ਵੀ ਹੁਣ ਇੱਕ ਨਹੀਂ ਹੁਣ ਇਹ ਨਹੀਂ ਪਤਾ ਹੁਣ ਤਾਂ ਪੁਲਿਸ ਦੀ ਤਫਤੀਸ਼ ਤੋਂ ਬਾਅਦ ਪਤਾ ਲੱਗੂਗਾ ਇਹਨਾਂ ਨੂੰ ਦੋਨਾਂ ਮੁਲਜ਼ਮਾਂ ਨੂੰ ਥਾਣਾ ਸਦਰ ਜਲੰਧਰ ਚ ਦਰਜ ਐਫ ਆਈ ਆਰ ਕੇਸ ਚ ਫੜਿਆ ਗਿਆ ਔਰ ਇਹ ਦੋਨੇ ਹੁਣ ਹਸਪੀਟਲ ਤੋਂ ਉਹਨਾਂ ਨੂੰ ਜਿਹੜੀ ਸ਼ੁਰੂਆਤੀ ਮਰਜ਼ਮ ਪੱਟੀ ਹੁੰਦੀ ਆ ਉਹ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਇਹਨਾਂ ਦਾ ਵੱਡੀ ਗੱਲ ਇਹ ਸੀ ਕਿ ਪੁਲਿਸ ਨੇ ਦੱਸਿਆ ਇਹਨਾਂ ਦੀ ਲੰਡਾ ਹਰੀ ਦੇ ਗੈਂਗ ਨਾਲ ਇਹਨਾਂ ਦਾ ਰਿਸ਼ਤਾ ਸੀ ਲੰਡਾ ਹਰੀ ਕੇ ਇਹਨਾਂ ਨੂੰ ਕੰਟਰੋਲ ਕਰਦਾ ਸੀ ਕਿਤੇ ਚੋਰੀਆਂ ਮਗਨ ਲਈ ਜਾਂ ਟਾਰਗੇਟ ਕਿੱਲੇ ਕਰਨ ਲਈ ਇਹਨਾਂ ਨੂੰ ਕੰਮ ਤੇ ਲਾਇਆ ਹੋਇਆ ਸੀ ਕਿਤੇ ਦੋ ਬੰਦਿਆਂ ਨੂੰ ਮਾਰਨ ਦਾ ਵੀ ਇਹਨਾਂ ਕੋਲੇ ਕੰਟਰੈਕਟ ਸੀਗਾ ਇਹਨਾਂ ਨੇ ਦੋ ਬੰਦੇ ਮਾਰਨੇ ਵੀ ਸੀ ਇਹ ਸ਼ੁਰੂਆਤੀ ਜਾਣਕਾਰੀ ਪੁਲਿਸ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਪਿੱਛਾ ਜਦੋਂ ਕੀਤਾ ਗਿਆ ਨਾ ਗੈਂਗਸਟਰਾਂ ਦਾ ਗੈਂਗਸਟਰਾਂ ਨੇ ਪਿੱਛਾ ਕਰ ਰਹੀਆਂ ਪੁਲਿਸ ਦੀਆਂ ਟੀਮਾਂ ਤੇ ਗੋਲੀਆਂ ਚਲਾਈਆਂ ਜਿਸ ਨਾਲ ਪੁਲਿਸ ਪਾਰਟੀਆਂ ਨੇ ਜਵਾਬੀ ਕਾਰਵਾਈ ਕੀਤੀ ਜਦੋਂ ਕੀ ਗੋਲੀਬਾਰੀ ਦੌਰਾਨ ਦੋਵੇਂ ਪਲਾਜ਼ਮਾ ਦੇ ਨਾਲ-ਨਾਲ ਦੋ ਪੁਲਿਸ ਅਧਿਕਾਰੀ ਵੀ ਮੌਤਮਾਂ ਦੇ ਨਾਲ-ਨਾਲ ਦੋ ਪੁਲਿਸ ਅਧਿਕਾਰੀ ਵੀ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਡੀਜੀਵੀ ਘੋੜਵੀਆਬ ਨੇ ਕਿਹਾ ਆਪਰੇਸ਼ਨ ਦੌਰਾਨ ਢੋਡਾ ਪਾਸਿਆਂ ਤੋਂ ਪੰਜਾਬ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਇਹ ਆਫੀਸ਼ਲ ਬਿਆਨ ਹੈ ਪੁਲਿਸ ਦਾ ਬਾਕੀ ਇਸ ਬਾਰੇ ਜੋ ਪੁਲਿਸ ਕਮਿਸ਼ਨਰ ਨੇ ਜ਼ਿਲੰਦਰ ਦੇ swapan sharma ਨੇ ਕਿਹਾ ਕਿ ਗ੍ਰਾਫ ਗ੍ਰਿਫਤਾਰ ਕੀਤੇ ਗਏ ਵਿਅਕਤੀ ਜਿਹੜੇ ਪ੍ਰਤੀਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਅਪਰਾਧਾਮਿਤ ਵੀ ਸ਼ਾਮਲ ਹਨ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਗਰੋ ਹੈ ਇਹਨਾਂ ਦਾ ਇਹ ਹੋਰ ਬਾਕੀ ਮੈਂਬਰ ਜਿਹੜੇ ਆ ਉਹਨਾਂ ਨੂੰ ਲੋਜਿਸਟਿਕ ਸਪੋਰਟ ਵੀ ਦਿੰਦੇ ਸੀ ਅਪਰਾਧਿਕ ਸੰਗਠਨਾਂ ਨੂੰ ਜਿਹੜੇ ਕ੍ਰਿਮੀਨਲ ਗੈਂਗਸ ਦਾ ਉਹਨਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸੀ ਸੋ ਇਹਨਾਂ ਦੇ ਵਿਹਾਰ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਹਥਿਆਰ ਵੀ ਸਪਲਾਈ ਕਰਦੇ ਸੀ ਉਹਨਾਂ ਨੇ ਕਿਹਾ ਕਿ ਦੁਨੇ ਗੈਂਗਸਟਰ ਜਿਹੜੇ ਆ ਸੀਪੀਐਸਓ ਆਪਣੇ ਸ਼ਰਮਾ ਨੇ ਕਿਹਾ ਇਹ ਲੰਡਾ ਹਰੀ ਕੇ ਦੇ ਸਿੱਧੇ ਟੱਚ ਵਿੱਚ ਸੀਗੇ ਤੇ ਆਪਣੇ ਵਿਰੋਧੀ ਗੈਂਗ ਨਾਲ ਸੰਬੰਧਤ ਦੋ ਵਿਅਕਤੀਆਂ ਨੂੰ ਖਾਤਮ ਕਰਨ ਦੀ ਸਾਜ਼ਿਸ਼ ਰਾਤ ਰਹੇ ਸੰਤਲਬ ਸ਼ਾਇਦ ਉਹ ਮਾਰਮਲੇ ਹੋਰ ਹੋਣਗੇ ਉਹਨਾਂ ਨੂੰ ਹਥਿਆਰ ਦੇਣ ਗਏ ਹੋਣਿਆ ਉਹਨਾਂ ਨੇ ਦੱਸਿਆ ਕਿ ਜਿਹੜੇ ਇੰਜੜ ਹੋਏ ਉਹਨਾਂ ਦਾ ਮੈਡੀਕਲ ਕਰਵਾ ਲਿਆ ਗਿਆ ਤੇ ਪੁਲਿਸ ਵਾਲੇ ਤੇ ਦੋਨੇ ਸਾਰੇ ਜਿਹੜੇ ਨੇ ਹੁਣ ਸੇਫ ਨੇ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਤੇ ਦੋਸਤੋ ਇਹ ਇਸ ਤੀਗੀ ਜਲੰਧਰ ਤੇ ਆਜਦੇ ਤੇ ਵੱਡੇ ਲੀਟਨ ਕਾਊਂਟਰ ਦੀ ਕਹਾਣੀ ਇਹਦੇ ਨਾਲ ਨਾਲ ਦੂਤਰੀ ਵੱਡੀ ਖਬਰ ਅੱਜ 22 ਤਰੀਕ ਨੂੰ ਪਾਰਕ ਦੀ ਸੁਪਰੀਮ ਐਜੰਸੀ NIA ਨੈਸ਼ਨਲ ਇਨਵੈਸਟੀਗੇਸ਼ਨ ਐਜੰਸੀ ਉਹਨੇ ਇੱਕ ਸਟੇਟਮੈਂਟ ਜਾਰੀ ਕੀਤੀ ਇੱਕ ਡੋਜ਼ੀਅਰ ਹਰਸ਼ ਟੱਲਾ ਦਾ ਨਵਾਂ ਜਿਹੜਾ ਜਿਹੜਾ ਤਿਆਰ ਕੀਤਾ ਗਿਆ ਜਿਹੜਾ ਕਨੈਡਾ ਸਰਕਾਰ ਨੂੰ ਭੇਜਿਆ ਜਾਏਗਾ ਇਹ ਹਰਸ਼ ਢਾਲਾ ਜਿਹੜਾ ਅੱਜਕੱਲ ਕੈਨੇਡਾ ਦੀ ਇੱਕ ਡੇਲ ਤੇ ਬੰਦਾ ਹੈ ਕੋਗੋਲਾਬਾਰੀ ਦੀ ਘਟਨਾ ਤੋਂ ਬਾਅਦ ਉਹਦੇ ਗੋਲੀਆਂ ਲੱਗੀਆਂ ਤੇ ਆਪਾਂ ਉਹ ਰਿਪੋਰਟ ਬਣਾਈ ਸੀ ਬਲਕਿ ਸਭ ਤੋਂ ਪਹਿਲਾਂ ਆਪਾਂ ਹੀ ਬਣਾਈ ਸੀ ਉਹ ਤੁਸੀਂ ਦੇਖੀ ਸਾਰਿਆਂ ਨੇ ਉਸ ਤੋਂ ਬਾਅਦ ਉਹਨੂੰ ਫੜਿਆ ਗਿਆ ਹਰਸ਼ ਕੀਤਾ ਗਿਆ ਹਥਿਆਰ ਵੀ ਉਹਦੇ ਘਰੋਂ ਮਿਲੇ ਉਹਦੇ ਨਾਲ ਇੱਕ ਸਾਥੀ ਸੀ ਉਹ ਵੀ ਫੜਿਆ ਗਿਆ ਤੇ ਤੀਜਾ ਆਦਮੀ ਨੂੰ ਪੁਲਿਸ ਨੇ ਅਰੈਸਟ ਨਹੀਂ ਕੀਤਾ ਜਿਹੜਾ ਘਰੇ ਰਹਿ ਰਿਹਾ ਸੀ ਨਾਮ ਜਿੱਥੇ ਰਹਿੰਦੇ ਸੀਗੇ ਕਿਆ ਜਾਂਦਾ ਕਿ ਉਹਨਾਂ ਦੇ ਕਿਸੇ ਦੁਸ਼ਮਣ ਕੈਂਗ ਨੇ ਗੋਲੀਆਂ ਚਲਾਈਆਂ ਜਾਂ ਕੁਰਾਨ ਪਛਾਤੇ ਬੰਦਿਆਂ ਨੇ ਗੋਲੀਆਂ ਚਲਾਈਆਂ ਉਹਨਾਂ ਦਾ ਹੀ ਤੱਕ ਲਾਤਾ ਹੋਇਆ ਨਹੀਂ ਪਰ ਦੋ ਗੋਲੀਆਂ ਹਸਪਤਾਲ ਦਾ ਦੇ ਲੱਗੀਆਂ ਜ਼ਰੂਰਤੀ ਪਰ ਉਹ ਕੋਈ ਜਾਨ ਲੈਵਾ ਅਟੈਕ ਜਿਹੜਾ ਸੀ ਉਹਦਾ ਨਹੀਂ ਸਾਬਤ ਹੋ ਸਕਿਆ ਹਸਪਤਾਲਾ ਬਾਤ ਗਿਆ ਪਹਿਲਾਂ ਉਹਨੂੰ ਐਸ ਵਿਕਟਮ ਟਰੀਟ ਕੀਤਾ ਗਿਆ ਕਿ ਇਹ ਵਲਨਸ ਦਾ ਸ਼ਿਕਾਰ ਹੈ ਇਸ ਕਰਕੇ ਉਹ ਇਹ ਏਂਟੀਟੀ ਨਹੀਂ ਦੱਸੀ ਗਈ ਪਰ ਜਦੋਂ ਬਾਅਦ ਪਤਾ ਲੱਗਿਆ ਕੇ ਗੋਣਿਆ ਅਰਸ਼ਟਾਲਾ ਤੇ ਦੇ ਸਾਥੀ ਨੇ ਵੀ ਚਲਾਈਆਂ ਸੀ ਫਿਰ ਪੁਲਿਸ ਨੇ ਉਹਨੂੰ ਉਸ ਅਫਰਾਤ ਗ੍ਰਿਫਤਾਰ ਕੀਤਾ ਅਮ ਹਥਿਆਰ ਗੈਰ ਕਾਨੂੰਨੀ ਹਥਿਆਰ ਘਰ ਰੱਖਣ ਦਾ ਉਹ ਵੀ ਕੇਸ ਬਣਿਆ 7 8 ਕਾਉਂਟ ਤੇ ਉਹਨੂੰ ਅਰੈਸਟ ਕੀਤਾ ਹੋਇਆ ਪਤਾ ਲੱਗਿਆ ਕਿ ਕੋਨੇ ਭੇਲ ਅਪਲਾਈ ਕੀਤੀ ਆ ਪਰ ਉਹਦੋਂ ਕੀਤੀ ਸੀ ਜਦੋਂ ਉਹ ਵਿਕਟਮ ਸੀ ਹੁਣ ਉਹ ਕਯੂਜ਼ਡ ਹੋ ਚੁੱਕਾ ਇਸ ਕਰਕੇ ਜ਼ਮਾਨੇ ਤੇਰੀ ਹਾਲ ਦੀ ਘੜੀ ਔਖੀ ਲੱਗਦੀ ਹੈ ਪਰ ਭਾਰਤ ਸਰਕਾਰ ਨੂੰ ਇੱਕ ਮੌਕਾ ਮਿਲ ਗਿਆ ਕੈਨੇਡਾ ਸਰਕਾਰ ਨੂੰ ਇੱਕ ਵਾਰੀ ਫੇਰ ќੇ ਰੰਦਾ ਪਿਛਲੇ ਸਾਲ ਜਦੋਂ ਰੈਡ ਕਾਰਨ ਨੋਟਿਸ ਇਸ਼ੂ ਹੋਇਆ ਸੀ ਭਾਰਤ ਸਰਕਾਰ ਨੇ ਇੱਕ ਡੋਸੀਅਰ ਭੇਜਿਆ ਸੀ ਅਰਸ ਨਾਲਾ ਦਾ ਕੈਨੇਡਾ ਦੀ ਪੁਲਿਸ ਨੂੰ ਸਰਕਾਰ ਨੂੰ ਕਿ ਆਮੀ ਹਿੰਦੁਸਤਾਨ ਚ 4-5 ਕਿਸਮ ਦੇ ਤਕਰੀਬਨ 50-60 ਅਪਰਾਧਾਂ ਚ ਵਾਂਟਡ ਹੈ ਇਹ ਤੁਹਾਨੂੰ ਹਵਾਲੇ ਕੀਤਾ ਜਾਵੇ ਰਿਪੋਰਟ ਕੀਤਾ ਜਾਵੇ ਲੇਕਿਨ ਕੈਨੇਡਾ ਸਰਕਾਰ ਨੇ ਕੋਈ ਐਕਸ਼ਨ ਲਿਆ ਨਹੀਂ ਮਣ ਇੱਕ ਨਵਾਂ ਡੋਜ਼ੀਅਰ ਜਿਹੜਾ ਹੈ ਉਹ ਸਰਕਾਰ ਨੇ ਫੇਰ ਚੈਰ ਤੇਜਿਆ ਹੈ ਜਿਹਦੀਆਂ ਕੁਝ ਡਿਟੇਲ ਜਿਹੜੀਆਂ ਨੇ ਅੱਜ ਇਧਰੋਂ ਉਧਰੋਂ ਸਾਹਮਣੇ ਆਈਆਂ ਨੇ ਐਨਆਈਏ ਇਸ ਡੋਜ਼ੀਅਰ ਤੇ ਕਿਹਾ ਗਿਆ ਕਿ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੈਨੇਡਾ ਬੇਸ ਤੇ ਸਾਰੀ ਬੇਸ ਹਰਦੀਪ ਸਿੰਘ ਨਿੱਧਰ ਖਾਲਸਤਾਨ ਨੂੰ ਪ੍ਰੋਪਗੇਟ ਕਰ ਰਿਹਾ ਸੀ ਖਾਲਸਤਾਨੀ ਸਪੋਰਟਰਸ ਨੂੰ ਝੋਲ ਰਿਹਾ ਸੀ ਨਵੇਂ ਆ ਮੁੰਡਿਆਂ ਨੂੰ ਟ੍ਰੇਨ ਕਰ ਰਿਆ ਸੀ ਉਹ ਜੰਦੇ ਐਨਏਆ ਦੇ ਰੋਜ਼ੀਰ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਵੀ ਭੇਜੇ ਗਏ ਆਈਐਸਆਈ ਨਾਸਰ கான் ਸੀ ਉਹਨਾਂ ਨਾਲ ਮਿਲ ਕੇ ਨਵੇਂ ਯੰਗ ਚਟਰ ਨੂੰ ਟ੍ਰੇਨ ਕਰ ਰਿਆ ਸੀ ਨਿਜਰ ਔਰ ਭਾਰਤ ਟਾਰਗੇਟ ਕਿਲਿੰਗ ਕਰਾ ਰਿਆ ਸੀ ਫੰਡਿੰਗ ਕਰਦਾ ਸੀ ਇਹੋ ਜੇ ਇਲਜ਼ਾਮ ਉਦੋਂ ਨਿਜਰ ਤੇ ਲੱਗੇ ਸੀ ਬਿਲਕੁਲ ਉਸੇ ਤਰ੍ਹਾਂ ਦੇ ਇਲਜ਼ਾਮ ਅਗਰ ਆਪਾਂ ਨਿੱਜਰ ਦਾ ਡੋਜ਼ੀਅਰ ਦੇਖ ਲਿਆ ਜਿਹੜਾ ਐਨਆਈਐਨ ਨੇ ਤਿਆਰ ਕੀਤਾ ਸੀ ਉਸ ਸਮੇਂ ਉਹਦੇ ਚੋਂ ਜਿਹੜਾ ਹੁਣ ਨਵਾਂ ਡੋਜ਼ੀਅਰ ਤਿਆਰ ਕੀਤਾ ਗਿਆ ਹੈ ਹਰਸ਼ਟਾਲਾ ਦਾ ਉਹਦੇ ਤਕਰੀਬਨ ਸਾਰੀਆਂ ਗੱਲਾਂ ਉਹੀ ਨੇ ਅਗਰ ਆਪਾਂ ਨਾਮ ਚੇਂਜ ਕਰ ਦਈਏ ਤਾਂ ਹਰਦੀਪ ਨਿੱਜਰ ਦਾ ਨਾਮ ਕੱਢ ਕੇ ਉੱਤੇ ਹਰਸ਼ਟਾਲਾ ਪਾ ਦਈਏ ਤਾਂ ਇਹ ਬਾਰਤ ਤਕਰੀਬਨ ਉਹ ਹੀ ਦੀ ਆ ਹਰਸ਼ਟਾਲਾ ਤੇ ਐਨਆਈਐਨ ਦੇ ਨਵੇਂ ਡੋਜ਼ੀਅਰ ਮੁਤਾਬਕ ਕੇਸਾਮ ਲਾਇਆ ਗਿਆ ਕਿ ਉਹ ਭਾਰਤ ਵਿੱਚ ਤਾਂ ਇਹਾਂ ਕਿਸ ਤਰ੍ਹਾਂ ਨਵੇਂ ਮੁੰਡਿਆਂ ਨੂੰ ਖਾਲਸਤਾਨ ਜਿਹੜੀ ਉਹਨੇ ਇੱਕ ਫੋਰਸ ਬਣਾਈ ਹੋਈ ਸੀ ਕੋਈ ਉਹਦੇ ਨਾਲ ਜੋੜ ਰਿਆ ਸੀ ਤੇ ਉਹਦੇ ਨਾਲ ਨਾਲ ਨਵੇਂ ਮੁੰਡਿਆਂ ਨੂੰ ਕੈਨੇਡਾ ਚ ਅਤਵਾਦੀ ਬਣਾ ਰਿਹਾ ਸੀ ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਸੀ ਇਹ ਬਹੁਤ ਸੰਘੀਨ ਇਲਜ਼ਾਮ ਹੈ ਸਾਰੇ ਨੂੰ ਪਤਾ ਆਪਾਂ ਨੂੰ ਕਿ ਗੈਲਕਟਿਕ ਕੀ ਕੰਮ ਕਰਦੇ ਆ ਫਰੋਤੀਆਂ ਮੰਗਣੀਆਂ ਟਾਰਗੇਟ ਕਿਲਿੰਗ ਕਰਨੀ ਇਹ ਸਾਰੇ ਕੰਮ ਪਰ ਕਿਤੇ ਨਾ ਕਿਤੇ ਸਾਡੇ ਜਿਹੜੇ ਗੈਂਗਸਟਰ ਨੇ ਉਹ ਗੋਲਦੀ ਬਿਰਾੜ ਹੋ ਗਏ ਜਾਂ ਹਰਤਾਲਾ ਹੋ ਗਏ ਜਾਂ ਹੋ ਰਹੇ ਇ ਕਿਤੇ ਨਾ ਕਿਤੇ ਆਪਣੇ ਆਪ ਨੂੰ ਆਪਣੀਆਂ ਐਕਟੀਵਿਟੀਜ਼ ਨੂੰ ਜਸਟੀਫਾਈ ਕਰਨ ਲਈ ਜਾਂ ਉਹਨਾਂ ਤੇ ਇੱਕ ਤਰੀਕੇ ਨਾਲ ਉਹਨਾਂ ਨੂੰ ਸਹੀ ਸਿੱਧ ਕਰਨ ਲਈ ਇਹ ਕਹਿੰਦੇ ਕਿ ਅਸੀਂ ਤਾਂ ਇਹ ਕੌਮ ਦੇ ਦੁਸ਼ਮਣਾਂ ਨੂੰ ਮਾਰ ਰਹੇ ਹਾਂ ਇਹ ਇੱਕ ਕੈਮੋਫਲੋਜ ਹੁੰਦਾ ਆਪਣੀ ਹਰਦਰ ਦੀ ਜਿਹੜੀ ਆ ਪੰਜਾਬ ਦੇ ਲੋਕਾਂ 'ਚ ਬਲ ਕਰਾ ਰੱਖਣ ਲਈ ਔਰ ਉਹ ਕਹਿੰਦੇ ਅਗਰ ਅਸੀਂ ਲੋਕਾਂ ਤੋਂ ਫਰੋਟੀਆਂ ਵੀ ਮੰਗਦੇ ਆ ਤਾਂ ਉਹ ਨਾ ਉਹ ਤੋਂ ਮੰਗਦੇ ਆ ਜਿਹੜੇ ਅਫੋਰਡ ਕਰ ਸਕਦੇ ਜਿਨ੍ਹਾਂ ਨੇ ਦੋ ਨੰਬਰ ਦਾ ਪੈਸਾ ਕਮਾਇਆ ਲੋਕਾਂ ਨੂੰ ਲੁੱਟਿਆ ਇਹਦਾ ਫੇਰੀਆਂ ਕੀਤੀਆਂ ਬਲੈਕ ਮਾਰਕੀਟਿੰਗ ਕੀਤੀ ਉਹਨਾਂ ਤੋਂ ਅਸੀਂ ਫਰੋਟੀਆਂ ਮੰਗਦੇ ਆ ਔਰ ਜਿਹੜੇ ਦੇ ਸਕਦੇ ਆ ਉਹ ਦੇਦੇ ਨਹੀਂ ਦਿੰਦੇ ਉਹਨਾਂ ਤੇ ਅਟੈਕ ਵੀ ਹੋ ਜਾਂਦੇ ਆ ਘਰ ਤੇ ਬਾਹਰ ਗੋਲੀਆਂ ਚਲਾ ਕੇ ਡਰਾਇਆ ਜਾਂਦਾ ਫਿਰ ਉਹਨਾਂ ਤੋਂ ਵੱਡੀ ਰਕਮ ਹਥਿਆਈ ਜਾਂਦੀ ਮੇਨ ਕਾਰਨ ਇਹ ਹੈ ਕਿ ਇਹਨਾਂ ਨੂੰ ਪ੍ਰੋਤਿਆ ਮੰਗਣ ਦਾ ਇੱਕ ਬਹਾਨਾ ਇਹ ਵੀ ਆ ਕਿ ਸਾਨੂੰ ਹਥਿਆਰ ਚਾਹੀਦੇ ਹੁੰਦੇ ਆ ਜਿਹੜੇ ਬੰਦੇ ਨਵੇਂ ਸ਼ਾਮਲ ਹੁੰਦੇ ਆ ਕੌਮ ਦਾ ਕੰਮ ਕਰਨ ਲਈ ਉਹਨਾਂ ਨੂੰ ਉਹਨਾਂ ਦੀ ਰਹਿਣ ਟਹਿਣ ਦਾ ਖਰਚੇ ਦਾ ਉਹ ਬੰਦਾ ਵਾਸਤੇ ਕਰਨਾ ਪੈਂਦਾ ਮਹਿੰਗਾ ਦਾ ਜ਼ਮਾਨਾ ਪੈਸਾ ਬਹੁਤ ਚਾਹੀਦਾ ਹੁੰਦਾ ਤੋਂ ਇਸ ਤਰ੍ਹਾਂ ਇਹ ਜਸਟੀਫਾਈ ਕਰ ਦਿਆ ਤੇ ਨਾਲ ਆਪਣੀਆਂ ਪ੍ਰਾਣੀਆਂ ਦੁਸ਼ਮਣੀਆਂ ਵੀ ਕਰਦੇ ਰਹਿੰਦੇ ਆ ਜਿਵੇਂ ਅਰਸ਼ਦਾਲਾ ਦੇ ਗੁਰਪ੍ਰੀਤ ਸਿੰਘ ਹਰੀ ਦਾ ਕਤਲ ਕੀਤਾ ਉਹਨੇ ਮੰਨਿਆ ਉਹਦੀ ਜ਼ਿੰਮੇਵਾਰੀ ਵੀ ਲਈ ਉਸ ਤੋਂ ਬਾਅਦ ਉਹਦੀ ਜੇਲ੍ਹ ਚ ਕੈਨੇਡਾ ਚ ਫੜੇ ਜਾਣ ਤੋਂ ਬਾਅਦ ਉਹਦੇ ਸਾਥੀ ਜਿਹੜਾ ਕਰਨ ਆਦਮੀ ਜਸਦੀ ਲਾਪਰਾ ਉਹਨੇ ਵੀ ਇੱਕ ਮੱਧ ਪ੍ਰਦੇਸ਼ ਚ ਜਤਵੰਤ ਸਿੰਘ ਗਿੱਲ ਦੀ ਹਤਿਆ ਦਾ ਦੀ ਜ਼ਿੰਮੇਵਾਰੀ ਲਈ ਗੁਰਜੰਤ ਸਿੰਘ ਜੰਤਾ ਕਰਨ ਉਹਨੇ ਵੀ ਜ਼ਿੰਮੇਵਾਰੀ ਲਈ ਜਦੋਂ ਲੱਗਦਾ ਸੀ ਕਿ ਹੁਣ ਹਰ ਹਸਤਾਲਾ ਜੇਲ੍ਹ ਤੇ ਸਾਡਾ ਗੈਂਗ ਕਾਫੀ ਮੁਸ਼ਕਲ ਥਾਇ ਗਾ ਲੇ ਕੋਈ ਨਵਾਂ ਨਾਮ ਸਾਹਮਣੇ ਆ ਗਿਆ ਜਨਤਾ ਖਰੜਦਾ ਇਹ ਜਸਤੀ ਖਰੜਦਾਪਰਾ ਜਸਤੀ ਕਹ ਤੁਹਾਨੂੰ ਪਤਾ ਮਬੀਆ ਗੈਂਗ ਦੇ ਆਪਣੇ ਸਮੇ ਦਾ ਲੀਡਰ ਜਾਪਾਲ ਪੁੱਲਰ ਦਾ ਖਾਸਾਤੀ ਸੀ ਕਲਕੱਤੇ ਦੋਨੋਂ ਅਨਕਾਉਂਟਰ ਚ ਮਾਰੇ ਗਏ ਸੀ ਜਸਤੀ ਔਰ ਪੁੱਲਰ ਖੈ ਪਰਾਨੀਆਂ ਗੱਲਾਂ ਨੇ ਹੁਣ ਜਨਤਾ ਖਰੜ ਨੇ ਇਹ ਜ਼ਿੰਮੇਦਾਰੀ ਲਈ ਕਿ ਮਦ ਪ੍ਰੇਜ ਦਾ ਕਤਲ ਅਸੀਂ ਪ੍ਰਾਣੀ ਰੰਜਿਸ਼ ਕਰਕੇ ਕੀਤਾ ਇਹ ਜਤਵੰਤ ਸਿੰਘ ਗਿੱਲ ਨੇ ਸਾਡੇ ਦੋਸਤ ਨੂੰ ਮਾਰਿਆ ਸੀ ਜਸਵਿੰਦਰ ਸਿੰਘ ਨੂੰ 6 ਸਾਲ ਪਹਿਲਾਂ 8 ਸਾਲ ਪਹਿਲਾਂ ਉਹਦਾ ਬਦਲਾ ਲੈਣ ਲਈ ਅਸੀਂ ਮਾਰਿਆ ਸੋ ਵਿੱਚ ਇਹੋ ਜਿਹੀਆਂ ਗੱਲਾਂ ਵੀ ਕਿ ਅਸੀਂ ਤਾਂ ਆਪਣੇ ਦੁਸ਼ਮਣਾਂ ਨੂੰ ਮਾਰਦੇ ਹਾਂ ਪੁਰਾਣੀਆਂ ਦੁਸ਼ਮਣੀਆਂ ਤੇ ਨਾਲ ਦੀ ਨਾਲ ਕੌਮ ਦੀ ਸੇਵਾ ਵੀ ਕਰਦੇ ਆ ਇਹ ਗੱਲਾਂ ਕਈ ਵਾਰੀ ਇਹ ਗੈਕਟਰ ਆਪਣੇਆਂ ਟੀਵੀ ਇੰਟਰਵਿਊਜ਼ ਆਪਣੀਆਂ ਪੋਸਟੜੀਆਂ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹਨਾਂ ਚ ਵੀ ਦੱਸ ਚੁੱਕੇ ਆ ਤੁਸੀਂ ਇਸ ਕੱਲ ਦਾ ਫਾਇਦਾ ਐਨਆਈ ਵੀ ਚੱਕ ਲੈਂਦੀ ਐ ਜਦ ਬੰਦੇ ਆਪਣੇ ਮੂੰਹੋਂ ਕਹੀ ਜਾਂਦੇ ਕਿ ਅਸੀਂ ਕੌਮ ਦੀ ਸੇਵਾ ਕਰ ਰਹੇ ਹਾਂ ਜਿਹੜੇ ਬੰਦੇ ਸਾਡੀ ਕੌਮ ਦੇ ਖਿਲਾਫ ਚੱਲਣਗੇ ਉਹਨਾਂ ਨੂੰ ਮਾਰਾਂਗੇ ਬੇਅਤਮੀਆ ਦੇ ਕੇਸਾਂ ਕੁਝ ਲੋਕ ਵਾਂਟਡਸ ਕਿਉ ਮਾਰੇ ਕਿ ਉਹਦਾ ਫਾਇਦਾ ਵੀ ਗੈਂਗਸਟਰ ਨੇ ਤਾਂ ਕਰਦੀ ਕੋਸ਼ਿਸ਼ ਕੀਤੀ ਹਰ ਆਦਮੀ ਕਿਤੇ ਵੀ ਪ੍ਰੋਫੈਸ਼ਨ ਤੋਂ ਹੋਵੇ ਉਹ ਆਪਣਾ ਕੰਮ ਅੱਗੇ ਵਧਾਉਣ ਲਈ ਕੋਈ ਨਾ ਕੋਈ ਮੋਟਰ ਤੋਂ ਫਰੈਂਡਾਈਜ਼ੀ ਤਬਰਤਾ ਤੋ ਇਹਨਾਂ ਨੇ ਵੀ ਇਹ ਮੋਟਰ ਫਰੈਂਡਾਈਜ਼ੀ ਬਣਾਈ ਹੋਈ ਹੈ ਜਿਵੇਂ ਲਾਰਸ ਕੈਗ ਨੇ ਮੋਰਸੋ ਪ੍ਰੈਂਟਾਈ ਬਣਾਈ ਕੇ ਅਸੀਂ ਖਾਲਸਤਾਨ ਦੇ ਵੀ ਕਲਾਪਾਂ ਤੇ ਅਸੀਂ ਪਾਕਿਸਤਾਨ ਦੇ ਵੀ ਕਲਾਪਾਂ ਤੇ ਜਿਹੜੇ ਅਸੀਂ ਤਾਂ ਦੇਸ਼ ਦੇ ਦੇਸ਼ ਭਗਤਾਂ ਅਸੀਂ ਤਾਂ ਦੇਸ਼ ਤੋਂ ਕੁਰਬਾਨ ਹੋਣ ਵਾਲੇ ਆ ਜਿਹੜਾ ਆਦਮੀ ਦੇਸ਼ ਦੇ ਕਲਾਪ ਕੰਮ ਕਰੂਗਾ ਉਹਨੂੰ ਅਸੀਂ 12 ਗੇਰਸਾ ਦਾ ਦੁਸ਼ਮਣ ਹੈ ਕਾ ਸਵਨਨਾ ਜੇ ਨੇ ਇਸ ਟੋਰੀਅਰ ਤੇ ਇਲਜ਼ਾਮ ਲਾਇਆ ਕਿ ਅਰੈਸਟ ਆਲਾ ਕੈਨੇਡਾ ਚ ਬੈਠ ਕੇ ਇਹਾਂ ਗ ਨਵੇਂ ਗਏ ਪੰਜਾਬੀ ਮੁੰਡਿਆਂ ਨੂੰ ਉਹਨਾਂ ਦਾ ਬਰੇਨਵਾਸ਼ ਕਰਕੇ ਉਹਨਾਂ ਨੂੰ ਅਤਵਾਦੀ ਬਣਾ ਰਿਹਾ ਸੀ ਇਹ ਕੈਨੇਡਾ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੇ ਕ੍ਰਿਮੀਨਲਸ ਨੂੰ ਜਾਂ ਗੈਂਗਸਟਰਸ ਨੂੰ ਤੁਸੀਂ ਸ਼ੈਲਟਰ ਦੇ ਰਹੇ ਹੋ ਉਹ ਅਸਲ 'ਚ ਕਰਦੇ ਕੀ ਆ ਇਹਨਾਂ ਕੋਲ ਸਬੂਤ ਵੀ ਦਿੱਤੇ ਹੋਣੇ ਐਨਆਈਐਨ ਰੈਫੀਨਿਟਲੀ ਦਿੱਤੇ ਹੋਣਗੇ ਕੁਝ ਬੰਦਿਆਂ ਦੇ ਨਾਮ ਵੀ ਦਿੱਤੇ ਗਏ ਹੋਣਗੇ ਉਹ ਅਜੇ ਪਬਲਿਕ ਹੋਏ ਨਹੀਂ 2-4 ਦਿਨਾਂ ਚ ਸ਼ਾਇਦ ਉਹ ਪੂਰੀ ਰੱਪੂਲਾ ਡੋਰ ਦੀ ਰਿਪੋਰਟ ਆ ਜਾਏਗਾ ਉਹਦੇ ਤੋਂ ਇਹ ਕਲੀਅਰ ਹੋ ਜਾਏਗਾ ਕਿ ਇਹ ਇਹਨੂੰ ਸਿੱਧ ਕਰਨ ਲਈ ਕਿ ਕੀ ਉੱਥੇ ਕਿਸ ਕਿਸਮ ਦਾ ਕੋਈ ਟ੍ਰੇਨਿੰਗ ਕੈਂਪ ਚੱਲ ਰਿਹਾ 냐 ਲੋਕਾਂ ਨੂੰ ਮੈਂਟਲੀ ਇੰਟੈਲੈਕਚੁਅਲੀ ਦਿਮਾਗੀ ਤੌਰ ਤੇ ਉਹਨਾਂ ਨੂੰ ਟ੍ਰੇਨ ਕੀਤਾ ਜਾ ਰਿਹਾ ਬ੍ਰੇਨਵਾਸ਼ ਕੀਤਾ ਜਾ ਰਿਹਾ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ ਇਹ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਪਰਾਤੇ ਦੇ ਦਿਨ ਇਹ ਦੋ ਘਟਨਾਵਾਂ ਗੈਂਗਟਰਾਂ ਨਾਲ ਜੁੜੀਆਂ ਪੰਜਾਬ ਚ ਬਹੁਤ ਗਰਮ ਰਹੀਆਂ ਇਹ ਲੈ ਕੇ ਤੁਹਾਡੇ ਨਾਲ ਮੈਂ ਹਾਜ਼ਰ ਹੋਏ ਆਉਣ ਵਾਲੇ ਦਿਨਾਂ ਚ ਇਹਨਾਂ ਗੱਲਾਂ ਨੂੰ ਫੇਰ ਅੱਗੇ ਵਧਾਵਾਂਗੇ ਜਦੋਂ ਨਵੀਆਂ ਅਪਡੇਟਸ ਹੋਣਗੀਆਂ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ